ਲੈਣ ਚ ਲੈਣ ਚ ਸਾਰਿਆਂ ਦੇ ਨੋਟ ਬਦਲੇ ਜਾਣਗੇ ਧੱਕਾ ਮੁੱਕੀ ਨਾ ਕਰੋ ਹੈ ਜੀ ਪਿੱਛੋਂ ਧੱਕੇ ਪੈਂਦੇ ਆ ਤੇਰੇ ਹਲੇ ਤੱਕ ਨੋਟ ਹੀ ਨਹੀਂ ਬਦਲੇ ਗਏ ਹਰ ਰੋਜ਼ ਹੀ ਆ ਜਾਣਾ ਜੀ 30 ਦਸੰਬਰ ਤੱਕ ਠੇਕਾ ਲਿਆ ਹੋਇਆ 50 ਲੱਖ ਟਿਕਾਣੇ ਲਗਾਉਣਾ ਤੇ 4 ਲੱਖ ਆਪਣੇ ਅਕਾਊਂਟ ਚ ਪਾਉਣਾ ਹੁਣ ਇੰਨਾ ਸੌਖਾ ਨਹੀਂ ਰਿਹਾ ਪਹਿਲਾਂ ਉਂਗਲੀ ਤੇ ਸਿਆਹੀ ਲੱਗੂ ਚਾਹੇ ਗਰਮ ਕਰਕੇ ਚਿਮਟੇ ਲਾ ਦੋ ਪੈਸੇ ਤਾਂ ਬਦਲਵਾਣੀ ਆ ਹੁਣ ਤੂੰ ਤਾਂ ਸਰੇਆਮ ਹੀ ਹੋਇਆ ਪਿਆ ਥੋੜਾ ਜਿਹਾ ਧੀਰਜ ਤੋਂ ਕੰਮ ਲੈ ਧੀਰਜ ਤੋਂ ਵੀ ਕੰਮ ਲੈ ਰਿਹਾ ਧੀਰਜ ਦੂਜੇ ਬੈਂਕ ਚ ਲਾਇਆ ਹੋਇਆ ਸਰਕਾਰ ਬਲੈਕ ਮਨੀ ਬਾਹਰ ਕਢਵਾ ਰਹੀ ਆ ਤੂੰ ਅੰਦਰ ਕਰੀ ਜਾ ਰਿਹਾ ਹੈ ਜੀ ਜਦੋਂ ਬਲੈਕ ਮਨੀ ਬਾਹਰ ਆਊ ਮੋਦੀ ਜੀ ਨੇ ਕੀ ਕਿਹਾ ਸੀ ਆਹੀ ਕਿ ਹਰੇਕ ਦੇ ਅਕਾਊਂਟ ਚ 15-15 ਲੱਖ ਆਊ ਬਸ ਫਿਰ ਮੈਂ ਤਾਂ ਮੋਦੀ ਦਾ ਫਾਇਦਾ ਹੀ ਕਰ ਰਿਹਾ ਫਾਇਦਾ ਉਹ ਕਿਵੇਂ ਹੈ ਸਾਲੇ ਜੇ 4 ਲੱਖ ਆਪਣੀ ਹਿੰਮਤ ਨਾਲ ਪਾ ਲੂੰਗਾ ਮੋਦੀ ਜੀ ਵੱਲ ਤਾਂ 11 ਲੱਖ ਹੀ ਰਹਿ ਜੂ।